जे तुसी भी कदे लिफ्ट विच जांदे हो तां इक वार ध्यान नाल सुनो ये खबर। दरअसल खन्ना दे एक इलेक्ट्रॉनिक्स शोरूम विच बंदे जो काम कर रहे सी ओ चौथी मंजिल तों हेठां समान लेके आ रहे सी कि अचानक ही लिफ्ट चौथी मंजिल तों हेठां आके डिग जांदी है ते उस विच मौजूद दो मुंडे जख्मी हो जांदे ने। जख्मियां नूं फौरन ही हस्पताल पहुंचाया जांदा है जिथे उन्हां दा इलाज चल रहा है, पर उन्हां मुताबिक ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਅਚਾਨਕ ਹੀ ਹੋਇਆ ਹਾਦਸਾ ਹੈ ਜਿਸ ਵਿੱਚ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ। ਉਹਨੇ ਵੀਰੇ ਲਿਫਟ ਦੇ ਕੰਮ ਕਰਦੇ ਸੀ ਤੁਸੀਂ ਸਿਵਲ ਹਸਪਤਾਲ ਚ? ਹਾਂਜੀ, ਬਾ ਲਿਫਟ ਹੀ ਵੀਰੇ ਗਿਰ ਗਈ ਯਾਰ। ਕਿਹੜੀ ਦੁਕਾਨ ਤੇ ਕੰਮ ਕਰਦੇ ਹੋ? ਨੇਹਾ ਇਲੈਕਟ੍ਰੋਨਿਕ। ਕਿੱਥੇ ਆ ਇਹ? ਜਿਮਾ ਚੌਂਕ ਚ। ਲਾਈਕ ਨੇਹਾ ਇਲੈਕਟ੍ਰੋਨਿਕ ਦੀ ਸ਼ਾਪ ਆ ਬਹੁਤ ਵੱਡੀ, ਉਹ ਤਕਰੀਬਨ 5 ਮੰਜ਼ਿਲਾਂ ਜਿਹੜੀ ਹੈਗੀ ਆ ਸ਼ਾਪ। ਉੱਥੇ ਜਿਹੜੇ ਮੁੰਡੇ ਵਰਕਰ ਕੰਮ ਕਰਦੇ ਸੀਗੇ, ਇੱਕ ਨਵਜੋਤ ਆ ਮੁੰਡੇ ਦਾ ਨਾਂ, ਉਹ ਪਿੰਡ ਰੋਣੋ ਦੇ ਰਹਿਣੇ ਵਾਲਾ, ਰੋਣੋ ਖੁਰਦ ਦਾ। ਇੱਕ ਗੁਰਬਖਸ਼ ਸਿੰਘ ਆ ਖੰਨਾ ਦਾ ਰਹਿਣ ਵਾਲਾ। ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਅਸੀਂ ਕੰਮ ਜਿਹੜਾ ਉੱਪਰ ਸੀਗੇ ਟੀ ਵੀ ਉੱਪਰੋਂ ਪੁਰਾਣੇ ਨੀਚੇ ਥੱਲੇ ਲਿਆ ਰਹੇ ਸੀਗੇ। ਜਦੋਂ ਅਸੀਂ ਆ ਰਹੇ ਸੀ ਤਾਂ ਲਿਫਟ ਇੱਕੋ ਲਖਤ ਜਿਹੜੀ ਸੀਗੀ ਉਹ ਨੀਚੇ ਆ ਕੇ ਗਿਰ ਗਈ, ਬਹੁਤ ਜ਼ੋਰ ਨਾਲ ਖੜਕਾ ਹੋਇਆ। जे तुसी भी कदे लिफ्ट विच जांदे हो तां इक वार ध्यान नाल सुनो ये खबर। दरअसल खन्ना दे एक इलेक्ट्रॉनिक्स शोरूम विच बंदे जो काम कर रहे सी ओह चौथी मंजिल तों हेठां समान लैके आ रहे सी कि अचानक ही लिफ्ट चौथी मंजिल तों हेठां आके डिग जांदी है ते उस विच मौजूद दो मुंडे जख्मी हो जांदे ने। जख्मियां नूं फौरन ही हस्पताल पहुंचाया जांदा है जिथे उन्हां दा इलाज चल रहा है, पर उन्हां मुताबिक ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਅਚਾਨਕ ਹੀ ਹੋਇਆ ਹਾਦਸਾ ਹੈ ਜਿਸ ਵਿੱਚ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ। ਕੋਹਨ ਵੀਰੇ ਲਿਫਟ ਦੇ ਕੰਮ ਕਰਦੇ ਸੀ ਤੁਸੀਂ ਸਿਵਲ ਹਸਪਤਾਲ ਚ? ਹਾਂਜੀ, ਬਾ ਲਿਫਟ ਹੀ ਵੀਰੇ ਗਿਰ ਗਈ ਯਾਰ। ਕਿਹੜੀ ਦੁਕਾਨ ਤੇ ਕੰਮ ਕਰਦੇ ਹੋ? ਨੇਹਾ ਇਲੈਕਟ੍ਰੋਨਿਕ। ਕਿੱਥੇ ਆ ਇਹ? ਜਿਮਾ ਚੌਂਕ ਚ। ਲਾਈਕ ਨੇਹਾ ਇਲੈਕਟ੍ਰੋਨਿਕ ਦੀ ਸ਼ਾਪ ਆ ਬਹੁਤ ਵੱਡੀ, ਉਹ ਤਕਰੀਬਨ 5 ਮੰਜ਼ਿਲਾਂ ਜਿਹੜੀ ਹੈਗੀ ਆ ਸ਼ਾਪ। ਉੱਥੇ ਜਿਹੜੇ ਮੁੰਡੇ ਵਰਕਰ ਕੰਮ ਕਰਦੇ ਸੀਗੇ, ਇੱਕ ਨਵਜੋਤ ਆ ਮੁੰਡੇ ਦਾ ਨਾਂ, ਉਹ ਪਿੰਡ ਰੋਣੋ ਦੇ ਰਹਿਣੇ ਵਾਲਾ, ਰੋਣੋ ਖੁਰਦ ਦਾ। ਇੱਕ ਗੁਰਬਖਸ਼ ਸਿੰਘ ਆ ਖੰਨਾ ਦਾ ਰਹਿਣ ਵਾਲਾ। ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਅਸੀਂ ਕੰਮ ਜਿਹੜਾ ਉੱਪਰ ਸੀਗੇ ਟੀ ਵੀ ਉੱਪਰੋਂ ਪੁਰਾਣੇ ਨੀਚੇ ਥੱਲੇ ਲਿਆ ਰਹੇ ਸੀਗੇ। ਜਦੋਂ ਅਸੀਂ ਆ ਰਹੇ ਸੀ ਤਾਂ ਲਿਫਟ ਇੱਕੋ ਲਖਤ ਜਿਹੜੀ ਸੀਗੀ ਉਹ ਨੀਚੇ ਆ ਕੇ ਗਿਰ ਗਈ, ਬਹੁਤ ਜ਼ੋਰ ਨਾਲ ਖੜਕਾ ਹੋਇਆ। ਜੇ ਤੁਸੀਂ ਵੀ ਕਦੇ ਲਿਫਟ ਵਿੱਚ ਜਾਂਦੇ ਹੋ ਤਾਂ ਇੱਕ ਵਾਰ ਧਿਆਨ ਨਾਲ ਸੁਣੋ ਇਹ ਖਬਰ। ਦਰਅਸਲ ਖੰਨਾ ਦੇ ਇੱਕ ਇਲੈਕਟ੍ਰੋਨਿਕਸ ਸ਼ੋਰੂਮ ਵਿੱਚ ਬੰਦੇ ਜੋ ਕੰਮ ਕਰ ਰਹੇ ਸੀ ਉਹ ਚੌਥੀ ਮੰਜ਼ਿਲ ਤੋਂ ਹੇਠਾਂ ਸਮਾਨ ਲੈ ਕੇ ਆ ਰਹੇ ਸੀ ਕਿ ਅਚਾਨਕ ਹੀ ਲਿਫਟ ਚੌਥੀ ਮੰਜ਼ਿਲ ਤੋਂ ਹੇਠਾਂ ਆ ਕੇ ਡਿੱਗ ਜਾਂਦੀ ਹੈ ਤੇ ਉਸ ਵਿੱਚ ਮੌਜੂਦ ਦੋ ਮੁੰਡੇ ਜ਼ਖਮੀ ਹੋ ਜਾਂਦੇ ਨੇ। ਜ਼ਖਮੀਆਂ ਨੂੰ ਫੌਰਨ ਹੀ ਹਸਪਤਾਲ ਪਹੁੰਚਾਇਆ ਜਾਂਦਾ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ, ਪਰ ਉਹਨਾਂ ਮੁਤਾਬਿਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਅਚਾਨਕ ਹੀ ਹੋਇਆ ਹਾਦਸਾ ਹੈ ਜਿਸ ਵਿੱਚ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ। ਖੰਨਾ ਤੋਂ ਲਖਵਿੰਦਰ ਲੱਕੀ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ।